ਅੰਮ੍ਰਿਤਸਰ ਦੀ ਪੁਲਿਸ ਵੱਲੋਂ ਇੰਟਰ ਸਟੇਟ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਵੱਲੋਂ 5 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੇ ਕੋਲੋਂ 3 ਪਿਸਤੌਲ ਅਤੇ 30 ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੂੰ ਸ਼ੱਕ ਹੈ ਕਿ ਇਹ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਨੇ, ਇਹਨਾਂ ਦਾ ਸੰਬੰਧ ਕਿਸੇ ਵੱਡੇ ਗੈਂਗਸਟਰ ਦੇ ਨਾਲ ਹੋ ਸਕਦਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ, ਜਿਸ ਦੌਰਾਨ ਪੁਲਿਸ ਨੂੰ ਉਮੀਦ ਹੈ ਕਿ ਹੋਰ ਵੀ ਖੁਲਾਸੇ ਹੋਣਗੇ। DCP ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਦੇ ਮੁਤਾਬਕ ਇੱਕ ਸੂਚਨਾ ਮਿਲੀ ਸੀ ਅਤੇ ਪੁਲਿਸ ਵੱਲੋਂ 5 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਨੌਜਵਾਨ ਹੈ ਮੁਕੇਸ਼ ਕੁਮਾਰ ਉਰਫ ਮੁੱਕੂ ਅਤੇ ਆਲਮ ਮੀਨ ਅੰਸਾਰੀ ਹਥਿਆਰ ਮੰਗਵਾਉਂਦੇ ਸਨ ਅਤੇ ਵੇਚਦੇ ਸਨ। ਪੁਲਿਸ ਨੇ ਮੁਕੇਸ਼ ਕੁਮਾਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਥਾਣਾ ਇਸਲਾਮਾਬਾਦ ਨੇ ਇੰਟਰ ਸਟੇਟ ਆਰਮਸ ਸਮਗਲਿੰਗ ਗੈਂਗ ਬਸਟ ਕੀਤਾ ਜੀ, ਜਿਹਦੇ ਤਹਿਤ ਅਸੀਂ FIR ਨੰਬਰ 208 3924 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਆਰਮਸ ਐਕਟ। ਉਹਦੇ ਤਹਿਤ ਅਸੀਂ ਆਪਣਾ 3 ਪਿਸਟਲ 32 ਬੋਰ ਦੇ ਅਤੇ 30 ਰਾਊਂਡ ਰਿਕਵਰ ਕੀਤੇ ਹੈ 32 ਬੋਰ ਦੇ, ਅਤੇ ਉਹਦੇ 'ਚ ਅਸੀਂ 5 ਬੰਦੇ ਅਰੈਸਟ ਕੀਤੇ ਹੈ। ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ, ਜਾਵੇਦ ਖਾਨ, ਕਾਸਿਮ, ਮੁਕੇਸ਼ ਕੁਮਾਰ ਅਤੇ ਆਲਮੀਨ ਅੰਸਾਰੀ। 30/9/24 ਨੂੰ ਅਸੀਂ 3 ਬੰਦੇ ਅਰੈਸਟ ਕੀਤੇ ਹੈ, ਜਾਵੇਦ ਖਾਨ, ਕਾਸਿਮ ਅਤੇ ਮੁਹੰਮਦ ਅਕਬਰ। ਜਿਹੜਾ ਜਾਵੇਦ ਖਾਨ ਹੈ ਉਹ ਮੁਹੰਮਦ ਅਕਬਰ ਅਤੇ ਕਾਸਿਮ ਦਾ ਚਾਚਾ ਲੱਗਦਾ ਹੈ। ਇਹ ਸਾਰੇ ਆਪਣਾ ਪੁਤਲੀਗੜ੍ਹ ਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇਹੜੀਆਂ ਲਾਉਂਦੇ ਹੈ, ਅਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ ਇਸਲਾਮਾਬਾਦ ਦੇ SHO ਸਾਹਿਬ ਨੂੰ ਕਿ ਇਹਦੇ ਕੋਲ ਆਪਣਾ ਜਾਵੇਦ ਖਾਨ ਕੋਲ ਨਜਾਇਜ਼ ਪਿਸਟਲ ਹੈਗਾ, ਅਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨ ਆਫ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ, ਉਹਨਾਂ ਦੇ ਨੋਟਿਸ ਲਿਆਇਆ ਅਤੇ ਟੀਮਸ ਬਣਾ ਕੇ ਅਤੇ ਅਸੀਂ ਇਹਨੂੰ ਅਰੈਸਟ ਕੀਤਾ ਜਾਵੇਦ ਖਾਨ ਨੂੰ। ਨਾਲ ਹੀ ਉਹਦੇ ਨਾਲ ਕਾਸਿਮ ਵੀ ਸੀਗਾ ਅਤੇ ਮੁਹੰਮਦ ਅਕਬਰ ਵੀ ਸੀ। ਆਪਣਾ ਜਾਵੇਦ ਖਾਨ ਕੋਲੋਂ ਸਾਨੂੰ ਇੱਕ ਪਿਸਟਲ ਮਿਲਿਆ, ਨਾਲ ਅਸੀਂ ਮੁਹੰਮਦ ਅਕਬਰ ਕੋਲ ਸਾਨੂੰ 5 ਰਾਊਂਡ ਮਿਲੇ, ਇੱਕ ਪਿਸਟਲ ਮਿਲਿਆ ਜਾਵੇਦ ਖਾਨ ਤੋਂ ਅਤੇ 10 ਰਾਊਂਡ ਮਿਲੇ, ਮੁਹੰਮਦ ਅਕਬਰ ਕੋਲੋਂ ਵੀ 5 ਰਾਊਂਡ ਮਿਲੇ ਅਤੇ ਇਹਦੇ ਕਾਸਿਮ ਕੋਲੋਂ ਵੀ 5 ਰਾਊਂਡ ਮਿਲੇ। ਅਤੇ ਉਸ ਤੋਂ ਬਾਅਦ ਅਸੀਂ ਪ੍ਰੀਲਿਮੀਨਰੀ ਇਨਕੁਆਇਰੀ ਪੁੱਛਗਿੱਛ ਕਰਕੇ ਅਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ, ਅਤੇ ਉਹਨੇ ਦੱਸਿਆ ਸਾਨੂੰ ਮੁਕੇਸ਼ ਕੁਮਾਰ ਸਪਲਾਈ ਕਰਦਾ, ਜੋ ਕਿ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ। ਅਤੇ ਫਿਰ ਹੋਰ ਪੁੱਛਗਿੱਛ ਕੀਤੀ ਅਤੇ ਸਾਨੂੰ ਪਤਾ ਚੱਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ। ਅਤੇ ਪੁੱਛਗਿੱਛ ਆਪਣਾ ਫਿਰ ਅਸੀਂ ਅਗਲੇ ਦਿਨ ਟਰੈਪ ਲਾਇਆ ਅਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਟਲ ਮਿਲਿਆ, ਨਾਲ 10 ਰਾਊਂਡ ਮਿਲੇ, ਨਾਲ ਇੱਕ ਸੀਗਾ ਆਲਮੀਨ ਅੰਸਾਰੀ, ਉਹਨੂੰ ਇੱਕ ਉਹ ਵੇਚਣ ਆਇਆ ਸੀ, ਉਹ ਵੀ ਸਾਨੂੰ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਰੈਸਟ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ। ਅਤੇ ਜਿਹਨੂੰ ਵੇਚਿਆ ਸੀ ਆਲਮੀਨ ਅੰਸਾਰੀ ਨੂੰ, ਅਸੀਂ ਉਹਦੇ ਕੋਲ ਵੀ ਇੱਕ ਪਿਸਟਲ 32 ਬੋਰ ਦਾ ਰਿਕਵਰ ਕੀਤਾ। ਅਤੇ ਹੁਣ ਅਸੀਂ 5 ਜਣਿਆਂ ਨੂੰ ਅਰੈਸਟ ਕਰ ਲਿਆ ਅਤੇ ਵੈਪਨ ਅਤੇ ਰਾਊਂਡ ਕਬਜ਼ੇ 'ਚ ਲੈ ਲਏ ਹੈ, ਅਤੇ ਜੋ ਵੀ ਅੱਗੇ ਡਿਵੈਲਪਮੈਂਟ ਹੋਏਗੀ ਅਸੀਂ ਤੁਹਾਡੇ ਨੋਟਿਸ ਵਿੱਚ ਲਿਆਵਾਂਗੇ। ਇਹ ਪਿੱਛੋਂ ਇੱਥੇ ਦੇ ਹੀ ਆਪਣੇ ਪੁਤਲੀਗੜ੍ਹ ਏਰੀਆ ਦੇ ਰਹਿਣ ਵਾਲੇ ਨੇ, ਥਾਣਾ ਇਸਲਾਮਾਬਾਦ ਦੇ ਏਰੀਆ ਦੇ ਰਹਿਣ ਵਾਲੇ ਹੈਗੇ ਹੈ, ਅਤੇ ਕੁਲਫੀ ਅਤੇ ਆਈਸਕ੍ਰੀਮ ਦੀ ਰੇਹੜੀਆਂ ਲਾਉਂਦੇ ਜੀ ਪੁਤਲੀਗੜ੍ਹ ਏਰੀਆ। ਹਾਲੇ ਅਸੀਂ ਕੱਲ੍ਹ ਹੀ ਇਹਨਾਂ ਨੂੰ ਅਰੈਸਟ ਕੀਤਾ ਆਪਣਾ ਮੁਕੇਸ਼ ਕੁਮਾਰ ਨੂੰ,
ਅਤੇ ਬਾਕੀ ਨੂੰ ਅਸੀਂ ਪਰਸੋਂ ਕੀਤਾ, ਹਾਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਕਿ ਕਦੋਂ ਦਾ ਇਹਨਾਂ ਦਾ ਲਿੰਕ ਹੈਗਾ ਆਪਣਾ। ਹਾਲੇ ਟੂ ਅਰਲੀ ਟੂ ਸੇ, ਹਾਲੇ ਤਾਂ ਅਸੀਂ ਪੰਜ ਆਪਣਾ ਤਿੰਨ ਪਿਸਟਲ ਰਿਕਵਰ ਕੀਤੇ ਆ, ਹਾਲੇ ਅਸੀਂ ਪੁੱਛਗਿੱਛ ਕਰਕੇ ਜੋ ਵੀ ਸਾਡੇ ਨੋਟਿਸ ਪਏਗਾ ਅਸੀਂ ਤੁਹਾਨੂੰ। ਸਪਲਾਈ ਤਾਂ ਇਹਨਾਂ ਨੇ ਕੀਤੀ ਹੈ ਜੀ, ਜਿਹੜਾ ਮੁਕੇਸ਼ ਕੁਮਾਰ ਹੈ ਉਹਨੇ ਚਾਰ ਜਣਿਆਂ ਨੂੰ ਸਪਲਾਈ ਕੀਤੀ ਹੈ ਜੀ, ਮੁਹੰਮਦ ਅਕਬਰ ਨੂੰ, ਜਾਵੇਦ ਕਾਸਿਮ ਅਤੇ ਆਲਮੀਨ ਅੰਸਾਰੀ ਨੂੰ। ਨਾਲ ਤਾਂ ਇੰਟਰਸਟ ਇਹ ਕੋਈ ਨਾ, ਕੋਈ ਦੇਖੋ ਇਲੀਗਲ ਵੈਪਨ ਹੈਗੇ ਆ ਅਤੇ ਕੋਈ ਮਾੜੇ ਕੰਮ ਨੂੰ ਹੀ ਇਹਨਾਂ ਨੇ ਮਾੜੇ ਕੰਮਾਂ ਨੂੰ ਵਰਤਦੇ ਹੋਣੇ ਆ, ਅਤੇ ਆਪਾਂ ਹੋਰ ਇਹਨਾਂ ਨਾਲ ਪੁੱਛਗਿੱਛ ਕਰਕੇ ਅਤੇ ਹਾਲੇ ਨਹੀਂ, ਹਾਲੇ ਤੱਕ ਕੋਈ ਸਮਝ ਨਹੀਂ ਆਇਆ। ਹਾਂਜੀ, ਜਿਹੜਾ ਮੁਕੇਸ਼ ਕੁਮਾਰ ਹੈ ਉੱਤੇ ਪੰਜ ਮੁਕੱਦਮੇ ਹੈਗੇ ਆਰਮਸ ਐਕਟ ਦੇ ਗੰਗਾਨਗਰ, ਅਤੇ ਇੱਕ ਉੱਤੇ 307 ਦਾ ਮੁਕੱਦਮਾ ਹੈ ਜੀ। ਨਹੀਂ, ਇਹਨਾਂ 'ਤੇ ਹਾਲੇ ਕੋਈ ਸਮਝ ਨਹੀਂ ਆਇਆ। ਹਾਂਜੀ, ਜਿਹੜਾ ਜਾਵੇਦ ਖਾਨ ਕਾਸਿਮ ਅਤੇ ਜਾਵੇਦ ਖਾਨ ਚਾਚਾ ਹੈ, ਮੁਹੰਮਦ ਅਕਬਰ ਤੇ ਕਾਸਿਮ ਦਾ ਸਰ, ਇਹਨਾਂ ਦੀ ਉਮਰ ਕੀ ਆਈ ਹੈ? ਦੋ ਭਤੀਜੇ। ਹਾਂਜੀ ਸਰ, ਉਮਰ ਕੀ ਹੈ ਸਰ? ਫੜੇ ਗਏ ਆ ਪਿਸਟਲ ਦੇ ਕੰਟਰੀਮੈਂਟ ਨੇ, ਕੰਟਰੀਮੈਂਟ ਹੀ ਹੋ ਗਏ ਇਹ ਦੇਸੀ ਨੇ ਜੀ, ਦੇਸੀ। ਹਾਂਜੀ ਹਾਂਜੀ। ਅੱਛਾ ਸਰ, ਪਿੱਛੇ ਜਿੰਨੇ ਵੀ ਪੀਸੀ ਹੋਇਆ ਸੀ, ਜਿੰਨੇ ਵੀ ਵੈਪਨ ਸੀ ਉਹ ਮੱਧ ਪ੍ਰਦੇਸ਼ ਨਾਲ ਰਿਲੇਟਡ ਸੀ, ਇਹ ਕਿੱਥੋਂ ਦੇ ਨੇ? ਇਹ ਤਾਂ ਹਲੇ ਜੋ ਸਾਡੀ ਸਾਨੂੰ ਜੋ ਪਤਾ ਚੱਲਿਆ ਰਾਜਸਥਾਨ ਤੋਂ ਆਏ ਆ ਜੀ। ਸਰ, ਇਹਨਾਂ ਦੀ ਏਜ ਕੀ ਸੀਗੀ ਤੇ ਡਰੱਗ ਐਡਿਕਟਡ ਸੀ ਇਹ ਜੀ? ਉਹ ਤਾਂ ਹਾਲੇ ਮੈਡੀਕਲ ਕਰਾ ਕੇ ਸਾਨੂੰ ਪਤਾ ਚੱਲੇਗਾ, ਅਤੇ ਇਹ ਜਿਹਨਾਂ ਦੀ ਅਰਾਊਂਡ ਜਿਹੜਾ ਜਾਵੇਦ ਖਾਨ ਹੈ ਅਤੇ ਮੁਕੇਸ਼ ਕੁਮਾਰ ਅਤੇ ਆਲਮਿਨ ਅੰਸਾਰੀ, ਇਹ 32-33-35 ਸਾਲ ਦੇ ਹੈਗੇ ਆ ਜੀ, ਅਤੇ ਜਿਹੜੇ ਕਾਸਿਮ ਅਤੇ ਮੁਹੰਮਦ ਅਕਬਰ ਨੇ ਇਹ 24-25 ਸਾਲ ਦੇ। ਉਹਦੇ ਬਾਰੇ ਅਸੀਂ ਇਹਨਾਂ ਨਾਲ ਪੁੱਛਗਿੱਛ ਕਰਾਂਗੇ ਅਤੇ ਦੇਖਾਂਗੇ ਕਿ ਕਿਸ ਪਰਪਸ ਨੂੰ ਇਹ ਮੰਗਾਉਂਦੇ ਸੀਗੇ ਜੀ। ਕਿਉਂਕਿ ਸਰ ਅੱਜ ਕੱਲ੍ਹ ਦਾ ਬੜਾ ਟ੍ਰੈਂਡ ਹੋ ਗਿਆ ਜਦੋਂ ਵੀ ਲੋਕ ਕੀ ਕਰਦੇ ਨੇ ਇਸ ਤਰ੍ਹਾਂ ਵੈਪਨ ਇਲੀਗਲ ਮੰਗਵਾ ਕੇ, ਅਤੇ ਜਿਸ ਤਰ੍ਹਾਂ ਸ਼ੂਟ ਆਊਟ ਆਲਰੇਡੀ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਚੱਲਦੇ ਨੇ, ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਫੀ ਹੁੰਦੀਆਂ, ਅਤੇ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ? ਕਿਉਂਕਿ ਇਹ ਤਾਂ ਚਲੋ ਤੁਸੀਂ ਟ੍ਰੈਪ ਲਗਾ ਕੇ ਬੰਦਾ ਜਿਹੜਾ ਆਉਣਾ ਸੀ ਫੜ ਲਿਆ, ਹੁਣ ਨੈਕਸਟ ਜਿਹੜਾ ਤੁਸੀਂ ਕੀ ਕਰ ਰਹੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਬਾਹਰੋਂ ਵੈਪਨ ਆਉਂਦੇ ਨੇ ਸਪੈਸ਼ਲੀ? ਅੱਜ ਤਾਂ ਪੂਰਾ ਇਨਫੋਰਮੇਸ਼ਨ ਬੇਸਡ ਸੋਸ਼ਲ ਮੀਡੀਆ 'ਤੇ ਵੀ, ਇੰਟਰਨੈਟ 'ਤੇ ਵੀ, ਅਤੇ ਬਾਕੀ ਹਿਊਮਨ ਇੰਟੈਲੀਜੈਂਸ ਬੇਸਡ ਅਸੀਂ ਓਪਰੇਸ਼ਨ ਵਗੈਰਾ ਚਲਾਉਂਦੇ ਹਾਂ, ਅਤੇ ਜੋ ਵੀ ਸਾਨੂੰ ਇਨਪੁੱਟ ਆਉਂਦੀ ਹੈ ਅਸੀਂ ਉਸ ਦੇ ਉੱਪਰ ਐਕਟ ਪਾਉਣ ਕਰਦੇ ਹਾਂ ਜੀ। ਇਹਨਾਂ ਦਾ ਆਪਣਾ ਹਾਲੇ ਤੱਕ ਮੁਕੇਸ਼ ਕੁਮਾਰ ਜਿਹੜਾ ਗੰਗਾਨਗਰ ਦਾ ਬੰਦਾ, ਉਹਦੇ ਨਾਲ ਅਸੀਂ ਹਾਲੇ ਇਹਨਾਂ ਨੂੰ ਪੁੱਛਗਿੱਛ ਕਰ ਰਹੇ ਹਾਂ ਕਿ ਇਹਦੇ ਨਾਲ ਕਿਵੇਂ ਇਹਨਾਂ ਦਾ ਟਾਈਪ ਹੋਇਆ, ਕੋਈ ਪਹਿਲਾਂ ਵੀ ਇਹਨਾਂ ਨੇ ਸ਼ਾਇਦ ਮੰਗਾਏ ਹੋਣ ਕੰਸਾਈਨਮੈਂਟ, ਅਤੇ ਅਸੀਂ ਉਸ ਹਿਸਾਬ ਨਾਲ। ਇਹ ਆਪਣਾ ਕੋਈ ਨਾ ਕੋਈ ਬੱਸ ਵਗੈਰਾ ਦੇ ਥਰੂ ਆਉਂਦਾ ਸੀਗਾ ਜੀ। ਇਹ ਹਾਲੇ ਪੁੱਛਗਿੱਛ ਦਾ ਪਾਰਟ ਹੈ। ਅਸੀਂ ਸਾਰਿਆਂ ਦੀ ਵੈਰੀਫਿਕੇਸ਼ਨ ਕਰਾ ਰਹੇ ਹਾਂ ਅਤੇ ਪੁਲਿਸ ਸਟੇਸ਼ਨ ਵਾਈਜ਼, ਅਤੇ ਅਸੀਂ ਜਿਹੜੇ ਵੀ ਆਊਟ ਆਫ ਸਟੇਟ ਹੈਗੇ ਅਸੀਂ ਉੱਧਰ ਦੇ ਪੁਲਿਸ ਸਟੇਸ਼ਨ ਨੂੰ ਇਨਫੋਰਮ ਕਰਕੇ, ਅਤੇ ਉਹਨਾਂ ਦਾ ਪਿਛੋਕੜ ਜਿਹੜਾ ਜਿੱਥੋਂ ਦਾ ਵੀ ਹੈਗਾ ਅਸੀਂ ਉੱਥੋਂ ਵੈਰੀਫਿਕੇਸ਼ਨ ਕਰਾਂਗੇ। ਜਿਹੜੇ ਬੰਦੇ ਜਿਹੜੇ ਬਾਹਰੋਂ ਆਏ ਸਸਪੈਕਟਡ ਆਏ ਉਹਨਾਂ ਤੇ ਪੈਣੀ ਨਜ਼ਰ ਰੱਖੀ ਜਾਏਗੀ। ਬਿਲਕੁਲ ਜੀ। ਸਰ, ਮੋਸਟਲੀ ਜਿਹੜੇ ਰੇਹੜੀਆਂ ਲਗਾਉਣ ਵਾਲੇ ਜਿਹੜੇ ਪ੍ਰਵਾਸੀ ਵੀ ਆ ਕੁਛ, ਜਾਂ ਕੁਛ ਰਾਜਸਥਾਨ ਤੋਂ ਜਾਂ ਦੂਸਰੇ ਇਲਾਕਿਆਂ ਦੇ ਵਿੱਚੋਂ ਆ ਕੇ ਕਰਦੇ ਨੇ, ਇਹਨਾਂ ਦੇ ਉੱਤੇ ਲੱਗਦਾ ਨੇ ਵੀ ਕੋਈ ਖਾਸ ਨਜ਼ਰ ਰੱਖਣ ਦੀ ਜ਼ਰੂਰਤ ਵੀ ਹੈਗੀ ਹੈ? ਅਸੀਂ ਤਾਂ ਹੀ ਜਿਵੇਂ ਮੈਂ ਤੁਹਾਨੂੰ ਰਿਪੀਟ ਕੀਤਾ ਅਸੀਂ ਵੈਰੀਫਿਕੇਸ਼ਨ ਕਰਾ ਰਹੇ ਹਾਂ ਜੀ। ਠੀਕ ਹੈ ਸਰ।